ਡਾਕਟਰ ਨਰਿੰਦ ਸਿੰਘਪੁਰ ਦਾ ਲੇਖ ਹੈ ਹੋਰ ਰੁਗਣਾਮਨ ਹੈ ਉਖੜੇ ਹੋਏ ਝੰਡੇ ਜੰਡਿੱਗੇ ਹੋਏ ਤੰਬੂ ਜੰਬੂ ਜੇ ਹੋਏ ਚੁੱਲ੍ਹੇ ਜਾਂ ਹਾਰੀਆਂ ਹੋਈਆਂ ਫੌਜਾਂ ਕਿਸੇ ਦੀ ਤਰਵਾਸ ਨਹੀਂ ਬਣਦੀਆਂ ਜਦੋਂ ਤੱਕ ਅਸੀਂ ਕਿਸੇ ਦੀ ਤਰਵਾਸ ਨਹੀਂ ਬਣਦੇ ਜਦ ਕਿਸੇ ਦੀ ਜ਼ਿੰਦਗੀ ਦਾ ਸਿਰਲੇਖ ਨਹੀਂ ਬਣਦੇ ਜਾਂ ਕਿਸੇ ਨੂੰ ਆਪਣੀ ਜਿੰਦ ਦਾ ਸਿਰਨਾਵਾ ਨਹੀਂ ਬਣਾਉਂਦੇ ਜਾਂ ਇੱਕ ਦੂਜੇ ਦੇ ਜੀਵਨ ਦਾ ਮੌਸਮ ਨਹੀਂ ਬਣਦੇ ਉਦੋਂ ਤੱਕ ਸਾਡੇ ਚ ਉੱਚੇ ਇਰਾਦੇ ਜਾਂ ਬੁਲੰਦ ਹਿੰਮਤਾਂ ਵੀ ਨਹੀਂ ਉੱਜਦੀਆਂ ਹਾਰੀਆਂ ਹੋਈਆਂ ਹਿੰਮਤਾਂ ਸਰੀਰ ਵਿੱਚੋਂ ਜੀਵਨ ਰਸਤੇ ਜੀਵਨ ਤਾਂਗ ਚੂਸ ਲੈਂਦੀਆਂ ਹਨ ਸਾਡੀਆਂ ਸੀਮਾਵਾਂ ਸਾਡੇ ਸਵਾਰਥਾਂ ਦੀਆਂ ਸੀਮਾਵਾਂ ਹੁੰਦੀਆਂ ਹਨ ਨਿਰਸਵਾਰਥ ਮਨੁੱਖ ਸੀਮਾਵਾਂ ਤੋਂ ਮੁਕਤ ਹੋ ਕੇ ਸੰਭਾਵਨਾਵਾਂ ਦੇ ਰਾਹ ਪੈ ਜਾਂਦਾ ਹੈ ਤੇ ਦੂਜਿਆਂ ਨੂੰ ਪ੍ਰਭਾਵਿਤ ਕਰਨ ਦੀਆਂ ਯੋਗਤਾਵਾਂ ਤੇ ਸੰਭਾਵਨਾਵਾਂ ਜਾਗ ਪੈਂਦੀਆਂ ਹਨ ਸਾਨੂੰ ਪ੍ਰਭਾਵਿਤ ਉਹੀ ਕਰਦੇ ਹਨ ਜਿਨ੍ਹਾਂ ਦੀ ਸੋਚ ਉਹਨਾਂ ਦੇ ਕਾਰਜਾਂ ਨਾਲ ਇੱਕਸੁਰ ਹੁੰਦੀ ਹੈ ਅਸੀਂ ਨਿੰਦਾ ਉਹਨਾਂ ਦੀ ਕਰਦੇ ਹਾਂ ਜਿਨ੍ਹਾਂ ਦੇ ਸਰੀਰ ਉਹਨਾਂ ਦੀ ਆਤਮਾ ਨਾਲ ਨਹੀਂ ਚੱਲਦੇ ਇੱਕ ਸੁਰਤਾ ਦੀ ਅਨੁਭੂਤ अनेਕਾਂ ਹਾਰਾਂ ਤੇ ਸਫਲਤਾਵਾਂ ਨੂੰ ਸਿਰਜਣ ਦਾ ਕਾਰਨ ਬਣਦੀ ਹੈ ਤਲਾਕ ਦਾ ਮੁਕੱਦਮਾ ਲੜਨ ਵਾਲੇ ਕਿਸੇ ਲਈ ਕੋਈ ਪ੍ਰੇਰਣਾਮਈ ਉਦਾਹਰਣ ਨਹੀਂ ਸਿੱੱਚ ਸਕਦੀ ਕਾਂ ਵੀ ਕਾਲਾ ਹੈ ਕੋਇਲ ਵੀ ਕਾਲੀ ਹੈ ਪਰ ਅੰਤਰਤੋਂ ਉਹਨਾਂ ਦੀ ਬੋਲੀ ਤੇ ਕਾਰਗੁਜ਼ਾਰੀ ਚੰਦ ਹੈ ਜਦੋਂ ਤੱਕ ਉਦੇਸ਼ ਤੇ ਆਦਰਸ਼ ਸਪਸ਼ਟ ਨਾ ਹੋ ਜਿੰਦਗੀ ਚਾਹੁੰਦੇ ਹੋਏ ਖੜੇ ਮੰਗ ਸਦਾ ਖਾਲੀ ਰਹੇਗੀ ਗੁਰੂ ਗੋਬਿੰਦ ਸਿੰਘ ਉੱਚੇ ਆਦਰਸ਼ਾਂ ਦਾ ਮੂਜਸਮਾ ਸਨ ਪੰਜ ਪਿਆਰੇ ਉਹਨਾਂ ਦੇ ਵਿਸ਼ਾਲ ਤੇ ਸਦੀਵੀ ਲਸ਼ਕਰ ਦਾ ਪ੍ਰਤੀਕ ਸਨ ਗੁਰਗੋਬਿੰਦ ਸਿੰਘ ਨੂੰ ਵੱਡੀਆਂ ਮੁਸੀਬਤਾਂ ਤੇ अनेका ਸਫਲਤਾਵਾਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਉਹਨਾਂ ਦਾ ਉਹਨਾਂ ਦੀ ਉਦਾਹਰਨ ਸਭਨੀ ਥਾਈ ਇੱਕ ਸਫਲ ਮਹਾਪੁਰਸ਼ ਵਜੋਂ ਹੀ ਦਿੱਤੀ ਜਾਂਦੀ ਹੈ ਜਦੋਂ ਤੁਸੀਂ ਮੁਸੀਬਤਾਂ ਤੇ ਮੁਸ਼ਕਲਾਂ 'ਚ ਡਿੱਗ ਜਾਓ ਤਾਂ ਸੋਚਣਾ ਕਿ ਕੀ ਤੁਹਾਡੀਆਂ ਮੁਸੀਬਤਾਂ ਗੁਰਗੋਬਿੰਦ ਸਿੰਘ ਦੀਆਂ ਮੁਸ਼ਕਲਾਂ ਨਾਲੋਂ ਵੀ ਵਡੇਰੀਆਂ ਗੁਰਗੋਬਿੰਦ ਸਿੰਘ ਦਾ ਮੂੰਹ ਸੂਰਜ ਵੱਲ ਨਹੀਂ ਸੀ ਉਹ ਆਪ ਸੂਰਜ ਸੀ ਉਹ ਦਰਿਆਵਾਂ ਨੂੰ ਨਹੀਂ ਸਨ ਵੇਖਦੇ ਤ੍ਰਿਆ ਉਹਨਾਂ ਨੂੰ ਵੇਖਦੇ ਸਨ ਉਹ ਜਾਗੀ ਹੋਈ ਹਿੰਮਤ ਦਾ ਪ੍ਰਤੀਕ ਸਨ ਜੇਕਰ ਆਪਣਾ ਮੂੰਹ ਸੂਰਜ ਵੱਲ ਰੱਖੋਗੇ ਤਾਂ ਸੰਸਿਆ ਦੇ ਪਰਛਾਵੇਂ ਵਿਖਾਈ ਨਹੀਂ ਦੇਣਗੇ ਤੇ ਜਦੋਂ ਜ਼ਿੰਦਗੀ ਸੰਸਿਆਂ ਚੋਂ ਬਾਹਰ ਆ ਜਾਂਦੀ ਹੈ ਤਾਂ ਇਹ ਸੰਭਾਵਨਾ ਮੰਦੇਰਾ ਪੈ ਜਾਂਦੀ ਹੈ ਸਫਲਤਾ ਮਿਹਨਤ ਵੱਲੋਂ ਜ਼ਿੰਦਗੀ ਨੂੰ ਦਿੱਤਾ ਹੁੰਗਾਰਾ ਹੁੰਦੀ ਹੈ ਆਪਣੇ ਵਿਚਾਰ ਬਦਲ ਲਓ ਤੁਹਾਡਾ ਸੰਸਾਰ ਬਦਲ ਜਾਏਗਾ ਉਸਾਰੂ ਵਿਚਾਰਾਂ ਨੂੰ ਹੁੰਗਾਰਾ ਦਿਓ ਤੁਹਾਡੇ 'ਚ ਹਿੰਮਤਾਂ ਜਾਗ ਪੈਣਗੀਆਂ। ਸਰੀਰ ਨੇ ਤੁਹਾਡੇ ਮਨ ਦੇ ਚਲਾਇਆ ਚੱਲਣਾ। ਇਸ ਤੋਂ ਹਿੰਮਤ ਮੰਗੋਗੇ, ਇਹ ਹਿੰਮਤ ਉਭਜਾਏਗਾ। ਇਹ ਤੋਂ ਆਲਸ ਮੰਗੋਗੇ, ਇਹ ਆਲਸ ਉਭਜਾਏਗਾ। ਮਨ ਹੀ ਮਨੁੱਖ ਦਾ ਸਭ ਤੋਂ ਵੱਡਾ ਸਾਥੀ ਹੈ। ਮਨ ਹੀ ਮਨੁੱਖ ਦੀ ਸਭ ਤੋਂ ਵੱਡੀ ਸਮੱਸਿਆ ਹੈ। ਮਨ ਵਿਉਂਤਾਂ ਸਿਰਜਦਾ ਹੈ ਤੇ ਸਰੀਰ ਉਹਨਾਂ ਵਿਉਂਤਾਂ ਨੂੰ ਅਮਲ 'ਚ ਲਿਆਉਂਦਾ ਹੈ। ਸਰੀਰ ਮਨ ਦਾ ਸੇਵਾਦਾਰ ਹੈ। ਕਰਮ ਤੋਂ ਬਿਨਾਂ ਸੰਸਾਰ ਦੇ ਸਾਰੇ ਸਿਧਾਂਤ ਨਿਰਾਰਥਕ ਹਨ ਕਰਮ ਤੋਂ ਬਿਨਾ ਸੱਚੀ ਪਰਸੰਤਾ ਨਹੀਂ ਉਪਜਦੀ ਤੇ ਇਮਾਨਦਾਰੀ ਤੋਂ ਬਿਨਾ ਜਾਂ ਚੰਗੇ ਬਣੇ ਬਿਨਾ ਪ੍ਰਸੰਨ ਹੋਣਾ ਸੰਭਵ ਨਹੀਂ ਹੁੰਦਾ ਕਿਉਂਕਿ ਪਰਸੰਤਾ ਸਦਾ ਹੀ ਚੰਗੀ ਕੰਮਾਂ ਦਾ ਨਤੀਜਾ ਹੁੰਦੀ ਹੈ ਜੇ ਸਫਲਤਾ ਜਾਂ ਪਰਸੰਤਾ ਗੁਬਾਰੇ ਫੁਲਾਉਣ ਵਾਂਗ ਸੌਖੀ ਹੋ ਜਾਏ ਤਾਂ ਅਜਿਹੀ ਸਫਲਤਾ ਜਾਂ ਪਰਸੰਤਾ ਗੁਬਾਰੇ ਜਿੰਨੀ ਹੰਦਰਸਾਰ ਹੋਏਗੀ ਜਿਸ ਸਫਲਤਾ ਦੀਆਂ ਜੜਾਂ ਡੂੰਘੀਆਂ ਨਹੀਂ ਹੋਣਗੀਆਂ ਜਿਵੇਂ ਡੂੰਘੀਆਂ ਜੜ੍ਹਾਂ ਵਾਲੇ ਰੁੱਖ ਜਲਦੀ ਨਹੀਂ ਮੁਰਝਾਉਂਦੇ ਉਵੇਂ ਡੂੰਘੀਆਂ ਸੋਚਾਂ ਵਾਲੇ ਵਿਅਕਤੀ ਛੇਤੀ ਨਹੀਂ ਘਬਰਾਉਂਦੇ ਸ਼ਕਤੀਸ਼ਾਲੀ ਰੁੱਖਾਂ ਵਾਂਗ ਛੇ ਇਰਾਦਿਆਂ ਵਾਲੇ ਮਨੁੱਖ ਵੀ ਭੈੜੇ ਪਰਭਾਵਾਂ ਤੋਂ ਬਚੇ ਰਹਿੰਦੇ ਹਨ ਉਹ ਨਸ਼ੇ 'ਚ ਨਹੀਂ ਉੱਚੀ ਖੁਮਾਰੀ 'ਚ ਰਹਿੰਦੇ ਹਨ ਨਸ਼ੇ ਦੇ ਲੋਰ 'ਚ ਮਨੁੱਖ 'ਚ ਭੈੜੇ ਵਿਚਾਰਾਂ ਤੋਂ ਬਚ ਸਕਣ ਦੀ ਸਮਰੱਥਾ ਨਹੀਂ ਰਹਿੰਦੀ ਭੈੜੇ ਵਿਚਾਰ ਜਾਂ ਭੈੜੇ ਵਿਹਾਰ ਦਾ ਕੇਵਲ ਵਿਰੋਧ ਕਰਕੇ ਛੁਟਕਾਰਾ ਨਹੀਂ ਪਾਇਆ ਜਾ ਸਕਦਾ ਇਹਨਾਂ ਤੋਂ ਛੁਟਕਾਰਾ ਪਾਉਣ ਲਈ ਉਸਾਰੂ ਤੇ ਸ਼ਕਤੀਸ਼ਾਲੀ ਵਿਚਾਰ ਉਸਾਰਨੇ ਪੈਣਗੇ ਕਿਉਂਕਿ ਆਪਣਾ ਬਹੁਤਾ ਜੀਵਨ ਅਸੀਂ ਆਪਣੇ ਆਪ ਨਾਲ ਗੁਜ਼ਾਰਨਾ ਹੁੰਦਾ ਹੈ ਸੋ ਜਦੋਂ ਤੱਕ ਸਾਡੀ ਆਪਣੇ ਆਪ ਬਾਰੇ رائے ਚੰਗੀ ਨਹੀਂ ਬਣਦੀ ਉਦੋਂ ਤੱਕ ਕੋਈ ਉਲੇਖ ਯੋਗ ਪਰਵਰਤਨ ਵੀ ਨਹੀਂ ਵਾਪਰੇਗਾ ਜਦੋਂ ਅਸੀਂ ਕਿਸੇ ਦੂਜੇ ਵਿੱਚ ਦਿਲਚਸਪੀ ਲੈਂਦੇ ਵੀ ਆਂ ਤੋ ਵੀ ਥੋੜੇ ਜਿਹੇ ਸਮੇਂ ਲਈ ਹੀ ਹੁੰਦੀ ਹੈ ਤੇ ਇਸ ਸਮੇਂ ਦੌਰਾਨ ਵੀ ਅਸੀਂ ਇਹੀ ਸੋਚਦੇ ਹਾਂ ਕਿ ਉਹਦੀ ਦਿਲਚਸਪੀ ਮੇਰੇ 'ਚ ਹੈ ਕਿ ਨਹੀਂ ਉਹ ਮੇਰੀ ਪਹੁੰਚ ਵਿੱਚ ਹੈ ਕਿ ਨਹੀਂ ਉਹ ਮੇਰੇ ਲਈ ਲਾਭਕਾਰੀ ਹੈ ਕਿ ਨਹੀਂ ਪਰਿਵਾਰ ਤੇ ਸਮਾਜ ਸਾਨੂੰ ਸਖਤ ਮਿਹਨਤ ਕਰਨ ਦਾ ਅਵਸਰ ਹੀ ਦੇ ਸਕਦੇ ਹਨ ਇਹ ਤੋਂ ਵਧੇਰੇ ਲਾਭਦਾਇਕ ਉਹਨਾਂ ਕੋਲ ਸਾਨੂੰ ਦੇਣ ਲਈ ਕੁਝ ਨਹੀਂ ਹੁੰਦਾ ਕੁਝ ਪ੍ਰਾਪਤ ਕਰਨ ਜਾਂ ਨਾ ਪ੍ਰਾਪਤ ਕਰਨ ਦਾ ਫੈਸਲਾ ਤੇ ਜ਼ਿੰਮੇਵਾਰੀ ਸਾਡੀ ਆਪਣੀ ਹੁੰਦੀ ਹੈ ਚੰਗੀ ਸੇਤ ਲਈ ਪ੍ਰਖਿਆ ਦੀ ਤਿਆਰੀ ਲਈ ਵਿਆਜ ਵਫਾਦਾਰੀ ਲਈ ਜਾਂ ਕਿਸੇ ਉਦੇਸ਼ ਦੀ ਪੂਰਤੀ ਵਾਸਤੇ ਹਿੰਮਤ ਜਟਾਉਣ ਲਈ ਫੈਸਲਾ ਸੀ ਆਪ ਹੀ ਕਰਨਾ ਹੁੰਦਾ ਹੈ ਦੂਜੇ ਲੋਕ ਸਾਡੇ ਲਈ ਬਹੁਤ ਕੁਝ ਨਹੀਂ ਕਰ ਸਕਦੇ ਫੈਸਲੇ ਕਰਨੇ ਸੌਖੇ ਹੁੰਦੇ ਹਨ ਉਹਨਾਂ ਤੇ ਅਮਲ ਕਰਨਾ ਹੀ ਔਖਾ ਹੁੰਦਾ ਹੈ ਹਰ ਕਿਸੇ ਨੂੰ ਸੰਸਾਰ ਚ ਨੇਕਾਂ ਫੈਸਲੇ ਕਰਨ ਦਾ ਅਵਸਰ ਮਿਲਦਾ ਹੈ ਪਰ ਅਮਲ ਕਰਨ ਸਮੇਂ अनेਕਾਂ ਫੈਸਲੇ ਤੇ ਅਵਸਰ ਸਾਡੇ ਤੋਂ ਗਵਾਚ ਜਾਂਦੇ ਹਨ ਜਦੋਂ ਅਸੀਂ ਕਿਸੇ ਅਜਿਹੀ ਚੀਜ਼ ਦੀ ਇੱਛਾ ਕਰਦੇ ਹਾਂ ਜਿਹਦੀ ਸਾਨੂੰ ਸਮਝ ਨਹੀਂ ਹੁੰਦੀ ਜਾਂ ਜਿਸਤੇ ਅਸੀਂ ਯੋਗ ਨਹੀਂ ਹੁੰਦੇ ਉਹ ਚੀਜ਼ ਪ੍ਰਾਪਤ ਹੋ ਕੇ ਵੀ ਸਾਡੇ ਤੋਂ ਖੁੱਸ ਜਾਂਦੀ ਹੈ ਉਹ ਸਾਰੂ ਦ੍ਰਿਸ਼ਟੀਕੋਣ ਜਾਂ ਉਚੇਰੇ ਸਵਾਰਥ ਤੋਂ ਬਿਨਾ ਸਾਡੀ ਮਿਹਨਤ ਵੀ ਕਿਸੇ ਲੇਖੇ ਨਹੀਂ ਲੱਗਦੀ ਸਵਾਰਥ ਦੀ ਉੱਚੇਰੀ ਤੇ ਪਵਿੱਤਰ ਅਵਸਥਾ ਨੂੰ ਆਦਰਸ਼ ਕਹਿੰਦੇ ਹਨ ਆਪਣੇ ਚੰਗੇ ਸਵਾਰਥ ਨਾਲ ਜਦੋਂ ਅਸੀਂ ਸੱਚੀ ਮਿਹਨਤ ਜੋੜ ਦਿੰਨੇ ਆ ਤਾਂ ਉਹ ਆਦਰਸ਼ ਬਣ ਜਾਂਦਾ ਹੈ ਇਹ ਆਦਰਸ਼ ਸਾਡੀ ਸਰੀਰਕ ਸ਼ਕਤੀ ਨੂੰ ਇਖਲਾਕੀ ਤਾਕਤ ਵਿੱਚ ਬਦਲ ਦਿੰਦਾ ਹੈ اخਲਾਕੀ ਆਧਾਰ ਤੋਂ ਬਿਨਾ ਮਨ ਵਿੱਚੋਂ ਵਿਕਾਰ ਹੀ ਉਪਜਦੇ ਹਨ ਤੇ ਸਰੀਰਕ ਸ਼ਕਤੀ ਵਿੱਚੋਂ ਵਿਪਚਾਰ ਹੀ ਉੱਭਰਦਾ ਹੈ ਨਿਰੋਲ ਸਰੀਰਾਂ ਦੇ ਜੰਗਲ ਵਿੱਚੋਂ ਰੂਹਾਂ ਨਹੀਂ ਲੱਭਦੀਆਂ ਰੱਦੀ ਵਿੱਚੋਂ ਮਲਵਾਨ ਪੁਸਤਕਾਂ ਨਹੀਂ ਮਿਲਦੀਆਂ ਲਾਟਰੀ ਪਾ ਕੇ ਜਾਂ ਜੂਆ ਖੇਡ ਕੇ ਕੋਈ ਅਮੀਰ ਨਹੀਂ ਹੋਇਆ ਨਸ਼ੇ ਦੇ ਲੋਰ ਵਾਲਾ ਸਵਰਗ ਸਦੀਵੀ ਨਹੀਂ ਹੁੰਦਾ ਨਕਲ ਮਾਰ ਕੇ ਪਾਸ ਕੀਤੀ ਪ੍ਰੀਖਿਆ ਸਾਨੂੰ ਗਿਆਨਵਾਨ ਨਹੀਂ ਬਣਾਉਂਦੀ ਹਿੰਮਤ ਕੀਤੇ ਬਿਨਾ ਹਿੰਮਤ ਨਹੀਂ ਜਾਗਦੀ ਤੇ ਯਤਨ ਕੀਤੇ ਬਿਨਾ ਸਫਲਤਾ ਨਹੀਂ ਮਿਲਦੀ ਜਿੱਥੇ ਸਾਨੂੰ ਵੱਡਾ ਹੌਸਲਾ ਉੱਚਾ ਇਰਾਦਾ ਤੇ ਅੰਮ੍ਰਣ ਵੀ ਹਿੰਮਤ ਦੀ ਲੋੜ ਹੁੰਦੀ ਹੈ ਉੱਥੇ ਅਮੁਖ ਧੀਰਜ ਵੀ ਜ਼ਰੂਰੀ ਹੈ ਕੰਮ ਬੜੇ ਜੋਸ਼ ਨਾਲ ਅਰੰਭੇ ਜਾਂਦੇ ਹਨ ਪਰ ਬਹੁਤੇ ਕੰਮ ਆਰੰਭ ਤੋਂ ਅੱਗੇ ਚੱਲਦੇ ਨਹੀਂ ਸਮੁੰਦਰੀ ਜਹਾਜ਼ ਦੇ ਸਾਰੇ ਵੱਖਰੇ ਵੱਖਰੇ ਭਾਗ ਇਕੱਲਿਆਂ ਡੁੱਬ ਜਾਂਦੇ ਹਨ ਇੰਜਣ ਇਕੱਲਾ ਡੁੱਬ ਜਾਏਗਾ ਅਗਲਾ ਹਿੱਸਾ ਪਿਛਲੇ ਹਿੱਸੇ ਨਾਲ ਉਹਨੇ ਖੇੜ ਦੋ ਦੋਵੇਂ ਡੁੱਬ ਜਾਣਗੇ ਪਰ ਜਦੋਂ ਉਹਨਾਂ ਨੂੰ ਬੰਨ ਦਿੱਤਾ ਜਾਂਦਾ ਉਹ ਤੈਰਨ ਲੱਗ ਪੈਂਦੇ ਐ ਇਵੇਂ ਹੀ ਜਦੋਂ ਤੱਕ ਮਨ ਬੁੱਧੀ ਤੇ ਸਰੀਰਿਕ ਦੂਜੇ ਨਾਲ ਨਹੀਂ ਵੱਜਦੇ ਅਸੀਂ ਸੰਸਿਆਾਂ ਤੇ ਸਮੱਸਿਆਵਾਂ ਨਾਲ ਘਿਰੇ ਰਹਿੰਦੇ ਆ ਜਿੱਤਣ ਦੇ ਇਰਾਦੇ ਤੋਂ ਬਿਨਾਂ ਤੇ ਜਿੱਤਣ ਦੀ ਹਿੰਮਤ ਤੋਂ ਬਿਨਾਂ ਕੋਈ ਮੁਹਿਮ ਛੇੜਨੀ ਬੜਾ ਮਹਿੰਗਾ ਤੇ ਖਤਰਨਾਕ ਕਾਰਜ ਹੁੰਦਾ ਐਵੇਂ ਕਿਸੇ ਕੰਮ ਨੂੰ ਸਿਰੇ ਚੜਾਏ ਬਿਨਾ ਤਿਆਗ ਦੇਣਾ ਬੜੀ ਖਰਚੀਲੀ ਆਦਤ ਐ ਮਨੁੱਖ ਨੂੰ ਸਭ ਤੋਂ ਵੱਧ ਥਕਾਵਟ ਅਧੂਰੇ ਪਏ ਕਾਰਜਾਂ ਤੋਂ ਹੁੰਦੀ ਹੈ। ਅਧੂਰਾ ਕਾਰਜ ਸੰਪੂਰਨ ਨਾ ਹੋਣ ਤੱਕ ਕੋਈ ਨਵਾਂ ਕਾਰਜ ਅਰੰਭਣ ਦੀ ਹਿੰਮਤ ਨਹੀਂ ਜਾਗਦੀ। ਆਲੇ-ਦੁਆਲੇ 'ਚ ਬਹੁਤੀ ਨਿਰਾਸ਼ਾ ਤੇ ਉਦਾਸੀ ਕੰਮਾਂ ਦੇ ਅਧੂਰੇ ਪਏ ਹੋਣ ਕਾਰਨ ਹੁੰਦੀ ਹੈ। ਅੰਤ ਵਿੱਚ ਅਸੀਂ ਆਪਣੇ ਪੈਰਾਂ ਤੇ ਖਲੋਣਾ ਹੁੰਦਾ ਹੈ। ਆਪਣੇ ਪੈਰਾਂ ਤੇ ਖਲੋਤਾ ਹੋਇਆ ਇੱਕ ਮੰਗਤਾ ਵੀ ਆਪਣੇ ਗੋਡਿਆਂ ਤੇ ਝੁਕੇ ਹੋਏ ਇੱਕ ਬਾਦਸ਼ਾਹ ਨਾਲੋਂ ਉੱਚਾ ਨਜ਼ਰ ਆਉਂਦਾ ਹੈ। ਕੰਮ ਨੂੰ ਚੰਗੀ ਤਰ੍ਹਾਂ ਕਰਨ ਤੇ ਮੁਕਾਨ ਵਿੱਚੋਂ ਮਿਲਣ ਵਾਲੀ ਤਸੱਲੀ ਹੀ ਉਸ ਕੰਮ ਦਾ ਇਨਾਮ ਹੁੰਦੀ ਹੈ। ਅਨੇਕਾਂ ਲੋਕ ਅਵਸਰ ਨਾ ਮਿਲਣ ਦੀ ਸ਼ਿਕਾਇਤ ਕਰਦੇ ਹਨ। ਪਰ ਜੋ ਕੁਝ ਵੀ ਤੁਸੀਂ ਕਰ ਰਹੇ ਹੋ ਉਹ ਵੀ ਤਾਂ ਇੱਕ ਅਵਸਰ ਹੈ। ਇਸ ਮਿਲੇ ਹੋਏ ਅਵਸਰ ਨੂੰ ਤੁਸੀਂ ਕਿਵੇਂ ਵਰਤ ਰਹੇ ਹੋ? ਤੁਹਾਡੀ ਵਰਤਮਾਨ ਸਥਿਤੀ ਵੀ ਇੱਕ ਅਵਸਰ ਹੈ। ਤੁਹਾਨੂੰ ਅਵਸਰ ਕਿਸੇ ਨੇ ਨਹੀਂ ਦੇਣਾ ਭਾਵੇਂ 100 ਇਨក្លਬ ਆਪਰ ਜਾਣ। ਵਿਸ਼ੇਸ਼ ਅਵਸਰਾਂ ਦਾ ਕੋਈ ਵजूद ਹੈ ਹੀ ਨਹੀਂ। ਮਿਲੀਆਂ ਹੋਈਆਂ ਸਧਾਰਨ ਸਥਿਤੀਆਂ ਨੂੰ ਹੀ ਵਿਸ਼ੇਸ਼ ਅਵਸਰ ਸਮਝਣਾ ਪਏ ਕਿ ਤੁਹਾਨੂੰ ਮਿਹਨਤ ਕਰਨ ਦਾ ਮੌਕਾ ਨਹੀਂ ਮਿਲਿਆ ਕਿ ਤੁਹਾਨੂੰ ਚੰਗੇ ਮਨੁੱਖ ਬਣਨ ਦਾ ਅਵਸਰ ਨਹੀਂ ਮਿਲਿਆ ਕਿ ਤੁਹਾਨੂੰ ਆਪਣਾ ਕੰਮ ਚੰਗੇ ਢੰਗ ਨਾਲ ਕਰਨ ਤੋਂ ਕਿਸੇ ਨੇ ਰੋਕਿਆ ਕਿ ਤੁਹਾਡੇ ਚੰਗਾ ਤੇ ਮਿਹਨਤੀ ਇਨਸਾਨ ਬਣਨ 'ਚ ਸਮਾਜ ਨੇ ਰੁਕਾਵਟਾਂ ਪਾਈਆਂ ਕਿ ਤੁਹਾਡੇ ਮਾਪਿਆਂ ਨੇ ਤੁਹਾਡੇ ਸਵੇਕ ਤੋਂ ਜਾਗਣ ਤੋਂ ਵਰਜੇ ਕਿ ਤੁਹਾਡੇ ਅਧਿਆਪਕਾਂ ਨੇ ਤੁਹਾਨੂੰ ਚੰਗੀਆਂ ਪੁਸਤਕਾਂ ਪੜ੍ਹਨ ਤੋਂ ਮਨਾਂ ਕੀਤਾ ਉੱਚੇ ਹੋਏ ਬਨਾ ਲੰਮੇ ਹੋਣ ਦੇ ਕੋਈ ਅਰਥ ਨਹੀਂ ਹੁੰਦੇ ਬਹੁਤੇ ਲੋਕ ਲੰਮੇ ਹੋਣ ਦਾ ਯਤਨ ਕਰਦੇ ਆ ਲੋੜ ਉੱਚੇ ਹੋਣ ਦੀ ਹੁੰਦੀ ਹੈ ਸਾਰੇ ਵਿਅਕਤੀ ਲਗਭਗ ਇੱਕੋ ਜਿਹੇ ਹੁੰਦੇ ਆ ਅੰਤਰ ਹਿੰਮਤ ਦਾ ਹੁੰਦਾ ਹੈ ਜਾਨਵਰਾਂ ਵਿੱਚ ਪੰਛੀਆਂ ਵਿੱਚ ਵੀ ਅੰਤਰ ਹਿੰਮਤ ਦਾ ਹੁੰਦਾ ਹੈ ਹਿੰਮਤ ਵੀ ਹੋਣੇ ਵਿਅਕਤੀ ਕਿਸਮਤ ਦੀਆਂ ਗੱਲਾਂ ਕਰਦੇ ਆ ਕਿਸੇ ਵੀ ਮਹਾਨ ਵਿਅਕਤੀ ਦੀ ਜ਼ਿੰਦਗੀ ਵਿੱਚ ਕਿਸਮਤ ਨੇ ਕੋਈ ਰੋਲ ਨਹੀਂ ਨਿਭਾਇਆ ਨਿਰਸੰਦੇ ਸਫਲ ਹੋਣਾ ਬੜਾ ਦੁਖਦਾਈ ਹੁੰਦਾ ਹੈ ਪਰ ਸਫਲ ਹੋਣ ਲਈ ਯਤਨ ਹੀ ਨਾ ਕਰਨਾ ਅਸਫਲ ਹੋਣ ਨਾਲੋਂ ਵੀ ਵਧੇਰੇ ਦੁਖਦਾਈ ਹੁੰਦਾ ਹੈ ਸਫਲ ਵਿਅਕਤੀਆਂ ਕੋਲ ਹਿੰਮਤ ਉਦੇਸ਼ ਤੇ ਆਦਰਸ਼ ਹੁੰਦੇ ਹੈ ਜਦ ਕਿ ਹਾਰੇ ਹੋਈ ਵਿਅਕਤੀਆਂ ਕੋਲ ਬਹਾਨੇ ਸ਼ਿਕਾਇਤਾਂ ਤੇ ਸਾੜੇ ਹੁੰਦੇ ਹੈ ਕੰਡਿਆਂ ਤੋਂ ਬਿਨਾ ਗੁਲਾਬ ਕੇਵਲ ਕਲਪਨਾ ਵਿੱਚ ਹੀ ਸੰਭਵ ਹੁੰਦੇ ਹੈ ਜੀਵਨ ਚਾਨਣੇ ਤੇ ਹਨੇਰੇ ਪੱਖਾਂ ਦਾ ਸੁਮੇਲ ਪ੍ਰੇਮੀ ਕੇਵਲ ਪ੍ਰਾਪਤੀ ਦੇ ਪੱਖ ਤੋਂ ਸੋਚਦੇ ਆ ਜਦਕਿ ਪ੍ਰੇਮ ਆਪਣਾ ਸਭ ਕੁਝ ਕੁਰਬਾਨ ਕਰਨ ਦੀ ਯਾਤਰਾ ਹੈ ਉਹ ਪਿਆਰ ਦਾ ਕੇਵਲ ਚਾਨਣ ਜਾਂ ਮਾਨਣ ਵਾਲਾ ਪੱਖ ਹੀ ਵੇਖਦੇ ਆ ਜਦਕਿ ਉਹ ਪਿਆਰ ਦੀਆਂ ਦੁਸ਼ਵਾਰੀਆਂ, ਪੀੜਾਂ, ਬੇਵਸੀਆਂ ਹਕੀਕਤਾਂ ਨਹੀਂ ਵੇਖਦੇ ਜਿਹੜੇ ਨਾ ਬੇਵਸੀਆਂ, ਹਾਰਾਂ ਤੇ ਸਫਲਤਾਵਾਂ ਨੂੰ ਜਰ ਲੈਂਦੇ ਆ ਉਹੀ ਕਲਾ ਸਿਰਜਦੇ ਤੇ ਕਵਿਤਾ ਰਚਦੇ ਆ ਕਹਿੰਦੇ ਹਨ ਸਫਲ ਪ੍ਰੇਮ ਵਿੱਚੋਂ ਕਵਿਤਾ ਨਹੀਂ ਉਪਜਦੀ ਕਈ ਆਪਣਾ ਸਮਾਰਦਾਸਾਂ ਕਰਨ ਚਲਾ ਦਿੰਦੇ ਆ ਉਹ ਨਹੀਂ ਜਾਣਦੇ ਕਿ ਪਰिवर्तन ਕਰਮ ਨਾਲ ਆਪਰਦਾ ਹੈ ਕੁਝ ਕਰਨ ਦੀ ਜਾਂਚ ਉਹਨੂੰ ਕਰਨ ਨਾਲ ਆਉਂਦੀ ਹੈ ਮੰਜ਼ਿਲ ਤੇ ਉਹੀ ਪਹੁੰਚਦੇ ਹੈ ਜਿਹੜੇ ਸੁ ਵਕਤੇ ਰਵਾਨਾ ਹੁੰਦੇ ਹੈ ਜਿਨ੍ਹਾਂ ਦੇ ਪੈਰਾਂ ਨਾਲ ਰਸਤੇ ਵਿਆਹੀ ਹੁੰਦੇ ਹੈ ਖਿੰਡੀਆਂ ਹੋਈਆਂ ਬਿਰਤੀਆਂ ਜਾਂ ਬੇਕਾਬੂ ਹੋਈਆਂ ਭਾਵਨਾਵਾਂ ਸਾਨੂੰ ਆਪਣੇ ਨਿਸ਼ਾਨੇ ਤੋਂ ਦੂਰ ਲੈ ਜਾਂਦੀ ਹੈ ਜਦੋਂ ਤੁਹਾਡੀ ਟੇਕ ਕਿਸੇ ਨਿਸ਼ਾਨੇ ਤੇ ਲੱਗੀ ਹੋਈਗੀ ਉਦੋਂ ਤੁਹਾਡੀ ਆਪਣੀ ਹਿੰਮਤ ਦੇ ਨਾਲ ਦੂਜਿਆਂ ਦੀਆਂ ਹਿੰਮਤਾਂ ਵੀ ਜੁੜ ਜਾਣਗੀਆਂ ਕਾਫਲੇ ਐਵੇਂ ਹੀ ਬਣਦੇ ਆ ਇਨਕਲਾਬ ਐਵੇਂ ਹੀ ਵਾਪਰਦੇ ਆ ਤੁਹਾਡੇ ਵੱਲੋਂ ਦੂਜਿਆਂ ਵਿੱਚ ਦਿਲਚਸਪੀ ਲੈਣੀ ਨਾ ਕੇਵਲ ਦੂਜਿਆਂ ਨੂੰ ਚੰਗੀ ਲੱਗੇਗੀ ਸਗੋਂ ਤੁਹਾਨੂੰ ਵੀ ਉਹਨਾਂ ਨੂੰ ਸਮਝਣ ਵਿੱਚ ਸੌਖ ਰਹੇਗੀ ਇਸ ਸਮਝ ਵਿੱਚੋਂ ਆਪਣਾ ਜਿਹੜਾ ਵਿਹਾਰ ਤੁਸੀਂ ਸਿਰਜੋਗੇ ਉਹ ਕਟਖਰਚੀਲਾ ਤੇ ਬਦੇਰੀ ਉਪਯੋਗੀ ਹੋਏਗਾ ਇਵੇਂ ਤੁਹਾਡੇ ਉਦੇਸ਼ ਸਪਸ਼ਟ ਹੋ ਜਾਣਗੇ ਜੇ ਆਦਰਸ਼ ਸਪਸ਼ਟ ਹੋ ਜਾਣਗੇ ਤਾਂ ਨੀਵੀਆਂ ਬਿਰਤੀਆਂ ਤੇ ਸੰਸੇ ਆਪਣੇ ਆਪ ਲੂਪ ਹੋ ਜਾਣਗੇ ਉਦਾਸੀ ਤੇ ਮਾਇੂਸੀ ਜੇ ਰੋਗਾਂ ਦਾ ਇਲਾਜ ਹੀ ਹੈ ਕਿ ਕਿਸੇ ਨਿਰਸਵਾਰਥ ਕਾਰਜ ਵਿੱਚ ਰੁੱਝ ਜਾਓ ਆਪਣੇ ਤੋਂ ਨੀਵੀਆਂ ਨੂੰ ਉਤਸ਼ਾਹ ਦਿਓ ਉਹਨਾਂ 'ਚ ਹਿੰਮਤ ਉਪਜਾਓ ਤੁਹਾਡੀ ਆਪਣੀ ਹਿੰਮਤ ਵੀ ਜਾਗ ਪਏਗੀ ਜੇ ਇਕੱਲੇ ਹੋ ਤਾਂ ਆਪਣੇ ਅੰਦਰਲੇ ਸਰੋਤਾਂ ਨਾਲ ਦੋਸਤੀ ਪਾਓ ਕੁਦਰਤ ਤੇ ਟੇਕ ਰੱਖੋ ਜੇ ਤੁਹਾਡਾ ਕੋਈ ਸਾਥੀ ਨਹੀਂ ਤਾਂ ਰੱਬ ਤਾਂ ਹੈ ਇਹ ਸੋਚ ਕੇ ਕਾਰਜ ਕਰੋ ਕਿ ਤੁਸੀਂ ਰੱਬ ਲਈ ਕਰ ਰਹੇ ਹੋ ਆਪਣੇ ਆਪ ਨੂੰ ਇੱਕ ਵਿਅਕਤੀ ਨਹੀਂ ਇੱਕ ਫੌਜ ਸਮਝੋ ਜਦੋਂ ਮਨੁੱਖ ਕੋਲ ਮਾਨ ਕਰਨ ਲਈ ਕੁਝ ਨਹੀਂ ਹੁੰਦਾ ਤਾਂ ਵੀ ਉਸ ਕੋਲ ਆਪਣਾ ਆਸਰਾ ਤਾਂ ਹੁੰਦਾ ਹੀ ਹੈ ਜਦੋਂ ਬਾਹਰੋਂ ਕੋਈ ਸਹਾਰਾ ਨਾ ਰਹੇ ਤਰੂ ਵਾਂਗ ਮਾਂ ਤੋਂ ਵਿਛੋੜ ਦਿੱਤਾ ਜਾਏ ਪਿਤਾ ਦੇ ਪਿਆਰ ਤੋਂ ਤੋੜ ਦਿੱਤਾ ਜਾਏ ਤਾਂ ਮਨੁੱਖ ਤਰੂ ਵਾਂਗ ਰੱਬ ਨੂੰ ਅੰਦਰੋਂ ਲੱਭਦਾ ਹੈ ਜਦੋਂ ਤਰੂ ਨੇ ਅੰਦਰਲੇ ਦੀ ਬੋਲੀ ਬੋਲੀ ਅੰਦਰਲਾ ਬੋਲ ਪਿਆ ਜਦੋਂ ਅੰਦਰ ਵੱਲ ਪਰਤੇ ਆ ਉਸ ਅੰਦਰ ਦੀ ਸਿਆਣਪ ਤੇ ਹਿੰਮਤ ਵੀ ਜਾਗ ਪਈ ਜਦੋਂ ਕੋਈ ਗੱਲ ਸਮਝ ਨਾ ਆਏ ਤਾਂ ਰਾਹ ਖੁੱਲ ਜਾਂਦਾ ਹੈ ਜਿਹੜਾ ਗਿਆਨ ਸਾਨੂੰ ਖੋਲਦਾ ਨਹੀਂ ਉਸ 'ਚ ਜ਼ਰੂਰ ਕੋਈ ਘਾਟ ਹੈ ਗਿਆਨ ਸਾਨੂੰ ਹਿੰਮਤ ਦਿੰਦਾ ਹੈ ਸਾਡਾ ਰਾਹ ਖੋਲਦਾ ਹੈ ਭਾਵੇਂ ਰੱਬ ਇੱਕ ਭੁਲੇਖਾ ਹੀ ਹੈ ਪਰ ਇੱਕ ਬੜਾ ਉਸਾਰੂ ਭੁਲੇਖਾ ਹੈ ਕਿਉਂਕਿ ਇਸ ਭੁਲੇਖੇ 'ਚੋਂ ਸਭ ਕੁਝ ਹੈ ਜਿੱਦੀ ਸਾਨੂੰ ਲੋੜ ਹੁੰਦੀ ਹੈ ਜ਼ਿੰਦਗੀ ਤੁਹਾਨੂੰ ਉਹੀ ਕੁਝ ਦੇਗੀ ਜੋ ਲੈਣ ਦੇ ਆਪਣੇ ਆਪ ਨੂੰ ਤੁਸੀਂ ਯੋਗ ਸਮਝੋਗੇ ਅਨੰਤ ਸਮੇਂ ਦੇ ਸਾਹਮਣੇ ਅਸੀਂ ਸਾਰੇ ਇਕੱਲੇ ਹਾਂ ਜਿਉਣ ਦੀ ਸਾਡੀ ਸਭ ਦੀ ਦਸ਼ਾ ਤੇ ਦਿਸ਼ਾ ਵੱਖਰੀ ਹੈ ਪਹੁੰਚਦੇ ਰਫਤਾਰ ਵੱਖਰੀ ਹੈ ਪਰ ਉਹੀ ਤੈਰਦੇ ਹੈ ਜਿਹੜੇ ਡੁੱਬਣ ਤੋਂ ਡਰਦੇ ਨਹੀਂ ਉਹੀ ਪਹੁੰਚਦੇ ਹੈ ਜਿਹੜੇ ਚੱਲਦੇ ਹੈ ਸ਼ਿਕਾਇਤਾਂ ਜਾਂ ਗਿਲੇ ਸ਼ਿਕਵੇ ਕੁਝ ਵੀ ਚੰਗਾ ਸੋਹਣਾ ਤੇ ਉਹ ਸਾਰੂ ਕਰਨ ਦੀ ਹਿੰਮਤ ਨਹੀਂ ਰਹਿਣ ਦਿੰਦੇ ਮਨੁੱਖ ਦਾ ਦੁੱਖਾਂ ਤੇ ਹੈ ਕਿ ਸਾਰੀਆਂ ਰਿਸ਼ਤੇਦਾਰੀਆਂ ਦੋਸਤੀਆਂ ਆਦ ਦੇ باوجود ਉਹ ਤੁਰ ਅੰਦਰੋਂ ਇਕੱਲਾ ਮਹਿਸੂਸ ਕਰਦਾ ਹੈ ਇਹ ਵੀ ਸੱਚ ਹੈ ਕਿ ਸੰਸਾਰ 'ਚ ਕੋਈ ਵੀ ਚੀਜ਼ ਇੱਕ ਵਾਰੀ ਨਹੀਂ ਵਾਪਰਦੀ ਇਹ ਨਿਯਮ ਚੰਗੀਆਂ ਤੇ ਮਾੜੀਆਂ ਦੋਵੇਂ ਚੀਜ਼ਾਂ ਤੇ ਲਾਗੂ ਹੁੰਦਾ ਹੈ ਹਿੰਮਤ ਵਾਲੇ ਰੱਬ ਦਾ ਅਧੂਰਾ ਕਾਰਜ ਪੂਰਾ ਕਰਦੇ ਹੈ ਇਹ ਸੱਚ ਸਦੀਆਂ ਪੁਰਾਣਾ ਹੈ ਇਹ ਸੱਚ ਸਦੀਆਂ ਨਵਾਂ ਰਹੇਗਾ ਜਿਨ੍ਹਾਂ ਨੇ ਸਦੀਆਂ ਤੱਕ ਜਿਉਂਦੇ ਰਹਿਣਾ ਹੈ ਸਦੀਆਂ ਤੱਕ ਜਿਉਣ ਵਾਲਾ ਇਸ ਸੰਸਾਰ ਨੂੰ ਕੁਝ ਦੇਣਾ ਹੁੰਦਾ ਹੈ ਉਨਾ ਨਾਲ ਵਾਪਰਦੇ ਦੁੱਖ ਵੀ ਬੇਮਿਸਾਲ ਹੁੰਦੇ ਆ ਉਹ ਸੰਸਾਰ ਨੂੰ ਜੋ ਕੁਝ ਦੇ ਜਾਂਦੇ ਹੋ ਚੰਬਾ ਵੀ ਬੇਮਿਸਾਲ ਹੁੰਦਾ ਹੈ ਦੂਜੇ ਪਾਸੇ ਨਿਗੁਣੇ ਅਹਿਸਾਸਾਂ ਨੂੰ ਹਾਰੇ ਹੋਏ ਵਿਚਾਰਾਂ ਤੇ ਵਾਪਰੇ ਹੋਏ ਦੁਖਾਂਤਾਂ ਨੂੰ ਸਾਹਮਦੇ ਸਾਹਮਦੇ ਕਈ ਵਿਅਕਤੀ ਰੇਗਿਸਤਾਨ ਬਣ ਜਾਂਦੇ ਆ ਪੈਰ ਸਾਰਿਆਂ ਕੋਲ ਹੁੰਦੇ ਆ ਮੰਜ਼ਿਲ ਸਾਰਿਆਂ ਕੋਲ ਨਹੀਂ ਹੁੰਦੀ ਬੁੱਧ ਕੋਲ ਪੈਰ ਵੀ ਸਨ ਮੰਜ਼ਿਲ ਵੀ ਸੀ ਨਾਨਕ ਕੋਲ ਮੰਜ਼ਿਲ ਵੀ ਸੀ ਪੈਰ ਵੀ ਸਨ ਉਹ ਭੁਲੇਖਿਆਂ ਤੋਂ ਮੁਕਤ ਸਨ ਮਨੁੱਖ ਨੂੰ વાસ્તવિક ਦੀ ਥਾਂ ਪਰਮਾਂ ਜਾਂ પ્રાંતੀਆਂ ਤਸਵੀਰਾਂ ਜਾਂ ਫਿਲਮਾਂ ਆਦਿ ਦੇਖਣ 'ਚ ਬਧੇਰੇ ਆਨੰਦ ਮਿਲਦਾ ਹੈ। પ્રાંતੀਆਂ ਨਾਲੋਂ ਹਿੰਮਤਾਂ ਸੌ ਜਾਂਦੀਆਂ ਤੇ ਮਨੁੱਖ 부જે ਹੋਏ ਦੀਵੇ ਜਾਂ ਉਤਾਰ ਕੇ ਰੱਖੇ ਗਏ ਕੱਪੜਿਆਂ ਵਾਂਗ ਪ੍ਰਤੀਤ ਹੋਣ ਲੱਗ ਪੈਂਦਾ ਹੈ। ਬਹੁਤੇ ਲੋਕ ਲਾਇਕ ਨਹੀਂ ਹੁੰਦੇ ਹਿੰਮਤੀ ਤੇ ਮਿਹਨਤੀ ਹੁੰਦੇ। ਇਕੱਠੀ ਹੋਈ ਮਿਹਨਤ ਹੀ ਲਿਆਕਤ ਬਣ ਜਾਂਦੀ ਹੈ। ਸਾਰਾ ਕੁਝ ਜਾਣਨਾ ਹੀ ਸਿਆਣਪ ਨਹੀਂ ਹੁੰਦਾ। ਬਿਹੜੀਆਂ ਗੱਲਾਂ ਦੀ ਅਗਿਆਨਤਾ ਵੀ ਗਿਆਨ ਦੀ ਇੱਕ ਕਿਸਮ ਹੁੰਦੀ ਹੈ ਜਿਨ੍ਹਾਂ ਪ੍ਰਤੀ ਅਸੀਂ ਜ਼ਿੰਮੇਵਾਰ ਹੁੰਨੇ ਆ ਉਹਨਾਂ ਦੀ ਸ਼ਾਬਾਸ਼ੀ ਸਾਡੇ ਲਈ ਅਰਥ ਰੱਖਦੀ ਹੈ ਦੂਜਿਆਂ ਦੀਆਂ ਤਾੜੀਆਂ ਦਾ ਖੜਾਕ ਹੁੰਦਾ ਹੈ ਖੁਸ਼ੀ ਦਾ ਪ੍ਰਗਟਾਵਾ ਨਹੀਂ ਹੁੰਦਾ ਇੱਕ ਵਾਰੀ ਵਪਾਰੀਆਂ ਦੇ ਇੱਕ ਪਰਿਵਾਰ ਵਿੱਚੋਂ ਇੱਕ ਵਿਅਕਤੀ ਰਾਜਸਥਾਨ ਚ ਪਾਣੀ ਦੀ ਥੋੜ੍ਹ ਵਾਲੇ ਇਲਾਕੇ ਚ ਅਧਿਆਪਕ ਜਾ ਲੱਗਿਆ ਉੱਥੇ ਪਾਣੀ ਦੀ ਘਾਟ ਸੀ ਪਰ ਬੱਚਿਆਂ 'ਚ ਕੁਝ ਸਿੱਖਣ ਦੀ ਤੀਬਰਤਾ ਤੇ ਕੁਝ ਜਾਣਨ ਦੀ ਬੇਬਲਤਾ ਦਾ ਸਮੁੰਦਰ ਠਾਠਾ ਮਾਰਦਾ ਸੀ। ਇੱਕ ਦਿਨ ਉਹ ਅਧਿਆਪਕ ਨੇ ਪਾਣੀ ਦੀ ਥੋੜ੍ਹ ਤੋਂ ਤੰਗ ਆ ਕੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਅਗਲੀ ਸਵੇਰ ਨੂੰ ਵਾਪਸੀ ਦੇ ਸਫ਼ਰ ਲਈ ਉਹਨੇ ਗੱਡੀ ਚੜ੍ਹਨਾ ਸੀ। ਬੱਚਿਆਂ ਦੀਆਂ ਮਾਵਾਂ ਨੂੰ ਚਿੰਤਾ ਹੋ ਗਈ ਕਿ ਉਹਨਾਂ ਦੇ ਬੱਚਿਆਂ ਦਾ ਰਹਿਬਰ ਕਿਉਂ ਜਾ ਰਿਹਾ ਹੈ। ਸਕੂਲ ਦੇ ਸਾਰੇ ਲਗਭਗ 200 ਬੱਚੇ ਜਿਨ੍ਹਾਂ ਨੂੰ ਜੋੜ ਜੁੜਿਆ। ਕੋਲੀ, ਗਲਾਸ, ਗੜਵੀ, ਡੱਬਾ, ਕਰਮੰਡਲ ਆਪਣੇ ਘਰੋਂ ਜਿੰਨਾ ਪਾਣੀ ਸੀ। ਸਾਰਾ ਲੈ ਕੇ ਸਟੇਸ਼ਨ ਤੇ ਪਹੁੰਚ ਗਏ ਮਾਵਾਂ ਬੱਚਿਆਂ ਦੇ ਪਿੱਛੇ ਖਲੋਤੀਆਂ ਸਨ ਜਦੋਂ ਉਹ ਸਧਿਆਪਕ ਨੇ ਇਹ ਨਜ਼ਾਰਾ ਵੇਖਿਆ ਉਹਦੀਆਂ ਅੱਖਾਂ ਛਲਕ ਪਈਆਂ ਗੱਡੀ ਨੇ ਚੱਲਣਾ ਸੀ ਚੱਲੀ ਤੇ ਚਲੇਗੀ ਉਹ ਅਧਿਆਪਕ ਨਹੀਂ ਗਿਆ ਉਹਨੂੰ ਆਪਣੇ ਜੀਵਨ ਦਾ ਆਦਰਸ਼ ਮਿਲ ਗਿਆ ਤੇ ਉਹਨੇ ਆਪਣਾ ਸਾਰਾ ਜੀਵਨ ਰਾਜਸਥਾਨ 'ਚ ਵਿਦਿਆ ਦੇ ਵਿਸਥਾਰ ਚ ਲਾਇਆ ਕਈ ਕਟਨਾਵਾਂ ਤੇ ਕਈ ਹਾਦਸੇ ਸਾਡੇ ਮਨਾਂ ਤੇ ਸਦੀ ਵੀ ਪ੍ਰਭਾਵ ਛੱਡ ਜਾਂਦੇ ਹਨ ਹਰ ਸੁਨਹਿਰੀ ਯੁੱਗ ਤੋਂ ਪਹਿਲਾਂ ਅਨੇਕਾਂ ਹਾਦਸੇ ਵਾਪਰਦੇ ਹਨ ਤੇ ਹਰ ਵਿਅਕਤੀ ਤੇ ਸਮਾਜ ਨੂੰ ਸਖਤ ਮਿਹਨਤ ਵਿੱਚੋਂ ਲੰਘਣਾ ਪੈਂਦਾ ਹੈ ਜਿਹੜੇ ਵਿਅਕਤੀ ਪਰਿਵਾਰ ਤੇ ਸਮਾਜ ਮਿਹਨਤ ਵਿੱਚੋਂ ਨਹੀਂ ਲੰਘਦੇ ਉਹਨਾਂ ਦੀ ਪਛਾਣ ਨਹੀਂ ਉਪਜਦੀ ਉਹ ਪ੍ਰਭਾਵਿਤ ਨਹੀਂ ਕਰਦੇ ਜਿਹੜੇ ਵਿਅਕਤੀ ਜਾਂ ਸਮਾਜ ਸਾਨੂੰ ਚੰਗੇ ਲੱਗਦੇ ਅਸੀਂ ਉਹਨਾਂ ਨੂੰ ਪ੍ਰਭਾਵਿਤ ਕਰਨ ਦਾ ਯਤਨ ਨਹੀਂ ਕਰਦੇ ਸਗੋਂ ਉਹਨਾਂ ਤੋਂ ਪ੍ਰਭਾਵਿਤ ਹੋਣ ਦਾ ਉਪਰਾਲਾ ਕਰਦੇ ਚੰਗੇ ਬੰਦੇ ਆਪਣੇ ਆਪ ਨੂੰ ਮਹਾਨ ਸਮਝਣ ਦੇ ਧੋਖੇ ਤੋਂ ਬਚੇ ਰਹਿੰਦੇ ਆ। ਆਪਣੀ ਪ੍ਰਸ਼ੰਸਾ ਵਿੱਚ ਸਿਰ ਨਾ ਹਿਲਾਉਣਾ ਮੁਸ਼ਕਲ ਬੜਾ ਹੈ ਪਰ ਇਸ ਪਰਮ ਜਾਲ ਤੋਂ ਨਿਕਲਣਾ ਵੀ ਬੜਾ ਮੁਸ਼ਕਿਲ ਹੈ। ਜਿਹੜੇ ਆਪਣੀ ਪ੍ਰਸ਼ੰਸਾ ਸੁਣਨ ਬਹਿ ਜਾਂਦੇ ਆ ਜਾਂ ਆਪਣਾ ਗੁਣ ਗਾਇਨ ਆਪ ਹੀ ਕਰਨ ਲੱਗ ਪੈਂਦੇ ਆ ਇਤਿਹਾਸ ਉਹਨਾਂ ਨੂੰ ਸ਼ਰਨਾਰਥੀ ਬਣਾ ਕੇ ਰੱਖ ਦਿੰਦਾ ਹੈ। ਜਿਹੜੇ ਲੋਕ ਆਪਣੇ ਘਰਾਂ 'ਚ ਰਹਿੰਦੇ ਉਹਨਾਂ ਨੂੰ ਜਾਣਨਾ ਚਾਹੀਦਾ ਹੈ ਕਿ ਸ਼ਰਨਾਰਥੀ ਕਿਵੇਂ ਸੋਚਦਾ ਹੈ। ਗੁਆਚਿਆ ਹੋਇਆ ਬੱਚਾ ਕਿਵੇਂ ਮਹਿਸੂਸ ਕਰਦਾ ਹੈ ਹਾਰਿਆ ਹੋਇਆ ਵਿਅਕਤੀ ਕਿੰਨਾ ਉਦਾਸ ਹੁੰਦਾ ਹੈ ਤਿਆਗੀ ਹੋਏ ਨੂੰ ਕਿਵੇਂ ਵਿਛੜਦੀ ਹੈ ਜੇ ਤੁਹਾਡੇ ਚ ਸਹਾਰਾ ਦੇਣ ਤੇ ਤਰਵਾਸ ਬਣਦੀ ਹਿੰਮਤ ਹੈ ਤਾਂ ਅਵਸਰ ਲੱਭਣੇ ਨਹੀਂ ਪੈਣਗੇ ਭੁੱਖ ਮਨੁੱਖ ਨੂੰ ਮਾਰ ਦਿੰਦੀ ਹੈ ਪਰ ਜੇ ਕੋਈ ਭੁੱਖ ਤੋਂ ਬਚਣ ਲਈ ਮੰਗਤਾ ਬਣ ਜਾਂਦਾ ਉਹ ਤਬਾਹ ਹੋ ਜਾਂਦਾ ਜਦੋਂ ਕਿਸੇ ਕਲਾਕਾਰ ਕੋਲ ਨਵਾਂ ਸਿੱਖਣ ਦੀ ਹਿੰਮਤ ਨਹੀਂ ਰਹਿੰਦੀ ਤਾਂ ਉਹਦੀ ਮੌਤ ਦਾ ਆਗਾਜ਼ ਹੁੰਦਾ ਹੈ ਜੇ ਕਿਸਮਤੀ ਸਭ ਕੋ ਜੇ ਤਾਂ ਪ੍ਰੇਰਣਾ ਯਤਨ ਮਿਹਨਤ ਦੇ ਕੋਈ ਅਰਥ ਨਹੀਂ ਰਹਿੰਦੇ ਇੱਕ ਇਨਾਮ ਵੰਡ ਸਮਾਰੋਹ ਵਿੱਚ ਇੱਕ ਛੋਟੇ ਜਿਹੇ ਲੜਕੇ ਨੂੰ ਲੰਮਿਆਂ ਦੇ ਮੁਕਾਬਲੇ ਵਿੱਚ ਦੌੜ ਵਿੱਚੋਂ ਅਵਲ ਆਉਣ ਦਾ ਇਨਾਮ ਮਿਲਣ ਉਪਰੰਤ ਜਦੋਂ ਉਹਨੂੰ ਉਹਦੀ ਸਫਲਤਾ ਦਾ ਕਾਰਨ ਪੁੱਛਿਆ ਗਿਆ ਤਾਂ ਉਹਨੇ ਦੱਸਿਆ ਕਿ ਉਹਨੂੰ ਰੱਬ ਉਹਨੇ ਰੱਬ ਨੂੰ ਧਿਆ ਕੇ ਕਿਹਾ ਸੀ ਰੱਬ ਜੀ ਮੈਂ ਹਿੰਮਤ ਕਰਾਂਗਾ ਤੁਸੀਂ ਮਦਦ ਕਰਨੀ ਮੈਂ ਪੈਰ ਰੱਖਦਾ ਜਾਵਾਂਗਾ ਤੁਸੀਂ ਪੈਰ ਚੁੱਕਦੇ ਜਾਣਾ ਮੈਂ ਆਪਣਾ ਕੰਮ ਕਰਦਾ ਗਿਆ ਰੱਬ ਜੀ ਆਪਣਾ ਕੰਮ ਕਰਦੇ ਗਏ ਮੈਂ ਰੱਬ ਨੂੰ ਹਾਰਨ ਥੋੜਾ ਹੀ ਦੇਣਾ ਸੀ ਸੰਸਾਰ 'ਚ ਕੇਵਲ 2% ਲੋਕ ਹੀ ਆਪਣੀ ਪਸੰਦ ਦਾ ਕੰਮ ਕਰਦੇ ਆ ਬਹੁਤ ਘੱਟ ਲੋਕਾਂ ਨੂੰ ਆਪਣੇ ਕੰਮ 'ਚ ਦਿਲਚਸਪੀ ਹੁੰਦੀ ਹੈ ਦਿਲਚਸਪੀ ਦੇ ਇਸ ਘਾਟ ਕਾਰਨ ਹੀ ਉਹ ਥੱਕਦੇ ਆ ਥਕਾਵਟ ਉਤਸੁਕਤਾ ਨੂੰ ਮਾਰ ਦਿੰਦੀ ਹੈ ਉਤਸੁਕਤਾ ਦੀ ਭਾਵਨਾ ਹੀ ਜਵਾਨੀ ਨੂੰ ਬੁਢਾਪੇ ਨਾਲੋਂ ਨਿਖੇੜਦੀ ਹੈ ਇਸ ਉਤਸੁਕਤਾ ਦੀ ਅਨਹੋਂਦ ਕਾਰਨ ਹੀ ਲੋਕ ਜਵਾਨੀ ਵਿੱਚ ਹੀ ਸੰਕੇ ਸ਼ੰਕਾਲੂ ਤੇ ਸਫਲਤਾ ਦੇ ਵਿਰੋਧੀ ਹੋ ਨਿਭੜਦੇ ਹੈ ਉਤਸੁਕਤਾ ਆਸ ਤੇ ਉਮੀਦ ਤੋਂ ਬਿਨਾ ਮਨੁੱਖ ਛੱਪੜ ਦੇ ਪਾਣੀ ਵਾਂਗ ਸੁੱਕ ਜਾਂਦਾ ਹੈ ਚੱਕਰਾਂ ਵਿੱਚ ਘੁੰਮਦਾ ਘੁੰਮਦੇ ਮਨ ਨਾਲ ਸਿੱਧਾ ਸੋਚਣਾ ਸੰਭਵ ਨਹੀਂ ਹੁੰਦਾ ਜਦੋਂ ਮਨ ਬਹਿ ਜਾਵੇ ਸਰੀਰ ਇਨਕਾਰੀ ਹੋ ਜਾਵੇ ਉਦੋਂ ਆਪਣੇ ਪੈਰਾਂ ਤੇ ਖੜੇ ਹੋਣਾ ਸੰਭਵ ਨਹੀਂ ਹੁੰਦਾ ਸਮਸਿਆਵਾਂ ਦੀ ਕੋਈ ਨਿਰਪੇਖ ਹੋਂਦ ਨਹੀਂ ਹੁੰਦੀ ਇਹ ਸਦਾ ਸਪੇਖ ਹੁੰਦੀਆਂ ਇਹਨਾਂ ਨੂੰ ਅਸੀਂ ਆਪ ਹੀ ਸਮਝਣਾ ਤੇ ਸੁਲਝਾਉਣਾ ਹੁੰਦਾ ਹੈ ਇਵੇਂ ਹੀ ਬਾਹਰ ਨਾ ਦੁੱਖ ਹੈ ਨਾ ਸੁਖ ਇਹ ਸਾਡੇ ਆਪਣੇ ਮਨ ਦੀਆਂ ਵੱਖ-ਵੱਖ ਅਵਸਥਾਵਾਂ ਹਨ ਕਿਸੇ ਡੂੰਗੀ ਛੱਟ ਜਾਂ ਵੱਡੇ ਘਾਟੇ ਤੋਂ ਬਿਨਾ ਡੂੰਗੀ ਸੋਜੀ ਨਹੀਂ ਮਿਲਦੀ ਬੜੀ ਦੇਰ ਮਗਰੋਂ ਪਤਾ ਲੱਗਦਾ ਹੈ ਕਿ ਦੁਸ਼ਮਣ ਨੂੰ ਹਰਾਇਆ ਤਾਂ ਜਾ ਸਕਦਾ ਹੈ ਜਿੱਤਿਆ ਨਹੀਂ ਜਾ ਸਕਦਾ ਹਰ ਗਿਆਨ ਦੋ ਤਾਰਾ ਖੰਡਾ ਹੁੰਦਾ ਹੈ ਇਹ ਨਵੇਂ ਨੂੰ ਸਿਰਜਦਾ ਹੈ ਪੁਰਾਣੇ ਨੂੰ ਵਿਸਾਰਦਾ ਹੈ ਬੜੀ ਦੇਰ ਮਗਰੋਂ ਸਮਝ ਆਉਂਦੀ ਹੈ ਜਦੋਂ ਤੁਸੀਂ ਕਿਸੇ ਚੰਗੀ ਚੀਜ਼ ਦਾ ਵਿਰੋਧ ਕਰਦੇ ਹੋ ਤਾਂ ਹੋਰ ਸ਼ਕਤੀਸ਼ਾਲੀ ਬਣ ਜਾਂਦੀ ਹੈ ਜਦੋਂ ਤੁਸੀਂ ਭੈੜੀ ਚੀਜ਼ ਦਾ ਵਿਰੋਧ ਕਰਦੇ ਹੋ ਤਾਂ ਵਿਰੋਧ ਸ਼ਕਤੀਸ਼ਾਲੀ ਹੁੰਦਾ ਜਾਂਦਾ ਹੈ ਜਦੋਂ ਤੁਸੀਂ ਲੋਕਾਂ ਦੀ ਤਾਕਤ ਬਣਦੇ ਹੋ ਲੋਕ ਤੁਹਾਡੀ ਤਾਕਤ ਬਣ ਜਾਂਦੇ ਆਂ ਐਵੇਂ ਹਿੰਮਤ ਨੂੰ ਹਿੰਮਤ ਦੀ ਜਾਗ ਲੱਗਦੀ ਹੈ ਜਦੋਂ ਕਦਮ ਨਾਲ ਕਦਮ ਮਿਲਦੇ ਆ ਤਾਂ ਧਮਕ ਪੈਣ ਲੱਗਦੀ ਹੈ ਭੇੜ ਫਾਇਦਾ ਰੂਪ ਧਾਰ ਲੈਂਦੀ ਹੈ ਖਲੋਤੇ ਕਦਮਾਂ ਨਾਲ ਕੋਈ ਮੰਜ਼ਿਲ ਪ੍ਰਾਪਤ ਨਹੀਂ ਹੁੰਦੀ ਸਿੱਧਕ ਤੇ ਜਿੱਦ 'ਚ ਬੜਾ ਵੱਡਾ ਅੰਤਰ ਹੁੰਦਾ ਹੈ ਮਾਤਮੀ ਜਲੂਸਾਂ ਤੇ ਇਨਕਲਾਬੀ ਵਹੀਰਾਂ 'ਚ ਸਭ ਕੁਝ ਵੱਖਰਾ ਹੁੰਦਾ ਹੈ ਅੰਤਰ ਰਫ਼ਤਾਰ ਤੇ ਨਿਸ਼ਾਨੇ ਦਾ ਹੁੰਦਾ ਹੈ ਆਪਣੇ ਨਿਸ਼ਾਨੇ ਨੂੰ ਸਿੱਧਾ ਰੱਖਣ ਲਈ ਵਿਸ਼ਕਰਮਾਂ ਵਾਲੀ ਉਸਾਰੂ ਤੇ ਨਿਰਮਾਣਕਾਰੀ ਦ੍ਰਿਸ਼ਟੀ ਉਸਾਰਨ ਲਈ ਸਾਨੂੰ ਮਹਾਂਪੁਰਸ਼ਾਂ ਮਹਾਨ ਵਿਅਕਤੀਆਂ ਮਹਾਨ ਪੁਸਤਕਾਂ ਤੋਂ ਪ੍ਰੇਰਨਾ ਲੈਣੀ ਪੈਗੀ ਮਹਾਨ ਰਚਨਾਵਾਂ ਸਾਨੂੰ ਸੰਸਿਆ ਦੇ ਜੰਗਲ ਤੋਂ ਬਾਹਰ ਲੈ ਜਾਂਦੀਆਂ ਇਹ ਸਾਡੇ ਜੀਵਨ ਚੋਂ ਵੀ ਰਸ ਭਰ ਦਿੰਦੀਆਂ ਜਿਵੇਂ ਸੰਗੀਤ ਨਾਲ ਗੀਤ ਦੀ ਰੌਣਕ ਰਾਚਕਤਾ ਤੇ ਰੌਸ਼ਨੀ ਵੱਧ ਜਾਂਦੀ ਹੈ ਸਫਲਤਾ ਵੀ ਇੱਕ ਤੀਰਥ ਯਾਤਰਾ ਹੈ ਤੀਰਥ ਉਸ ਅਸਥਾਨ ਨੂੰ ਕਹਿੰਦੇ ਆ ਜਿਹੜਾ ਹਿੰਮਤ ਨਾਲ ਪਹਾੜ ਤੇ ਨਦੀ ਪਾਰ ਕਰਕੇ ਆਉਂਦਾ ਹੈ ਜਿੱਥੇ ਆਪਣੇ ਆਪ ਤੋਂ ਪਾਰ ਜਾਣਾ ਹੁੰਦਾ ਹੈ ਆਪਣੇ ਆਪ ਨੂੰ ਹਿੰਮਤ ਦਾ ਤੋਹਫਾ ਦਿਓ ਅੱਗੇ ਬੜੀ ਧੀਰ ਹੋ ਚੁੱਕੀ ਹੈ ਸਫਰ ਲੰਮਾ ਹੈ ਹੋਰ ਰੁਕਣਾ ਮਨਾ ਹੈ ਧੰਨਵਾਦ